ਕੀਤੀ ਹੈ ਮਿਹਨਤ ਰੰਗ ਲਿਆਈ ਅੱਜ ਵੀਰ ਆਏ ਆ ਪਿੰਡ ਚ ਤੇ ਚਲੋ ਪਰਿਵਾਰ ਦਾ ਇੱਥੇ ਕੋਈ ਪਰਿਵਾਰਾਂ ਨੂੰ ਹੌਸਲਾ ਆਇਆ ਜਿਹੜਾ ਦਹਿਸ਼ਤ ਦੇ ਸਾਇਜ ਜੀਂਦੇ ਅੱਜ ਜਤਿੰਦਰ ਸਿੰਘ ਛਿਨੇ ਨਾਂ ਦਾ ਇੱਕ ਵਿਅਕਤੀ ਇੱਥੇ ਸੁਣਦਾ ਆਊਗਾ ਉਹ ਪਹੁੰਚਿਆ ਆ ਉਹਦੇ ਵੱਲੋਂ ਬਕਾਇਦਾ ਗੁੱਜਰਾਂ ਦਾ ਪੱਖ ਲਿਆ ਜਾ ਰਿਹਾ ਉਹ ਕਹਿ ਰਿਹਾ ਇਹ ਗੁੱਜਰ ਦੇ ਵਿਚਾਰੇ ਆ ਵਿਚਾਰੇ ਘਰਾਂ ਤੇ ਚੜ ਕੇ ਆਉਂਦੇ ਆ ਵਿਚਾਰੇ ਰੇੜੇ ਥੱਲੇ ਬੰਦਾ ਦਿੰਦੇ ਆ ਵਿਚਾਰੇ ਪੱਟਾਂ 'ਚ ਗੋਲੀਆਂ ਮਾਰਦੇ ਆ ਵਿਚਾਰੇ ਚਾਦਰੇ ਚੁੱਕ ਕੇ ਘਰਾਂ ਦੇ ਅੱਗੇ ਨੱਚਦੇ ਆ ਜੇ ਇਹ ਵਿਚਾਰੇ ਨੇ ਉਹਨੂੰ ਕਹਿੰਦੇ ਕਿ ਚਾਦਰਾ ਬੰਨ ਦੇ ਉਹਨਾਂ ਦੇ ਕੁੱਲ ਤੇ ਜਾ ਕੇ ਬਹਿ ਜਾ ਗੁੱਜਰਾਂ ਦੇ ਤੇ ਇੱਥੇ ਅਸੀਂ ਬਿਲਕੁਲ ਨਹੀਂ ਜੇ ਗਿਰਨਾ ਜਿਹੜੀਆਂ ਜਥੇਬੰਦੀਆਂ ਇੱਥੇ ਕਿਸਾਨਾਂ ਦੇ ਹੱਕ 'ਚ ਗੱਲ ਕਰਨ ਆਈਆਂ ਨੇ ਉਹ ਇੱਥੇ ਰਹਿਣ ਪੁਲਿਸ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਕਰੇ ਅਸੀਂ ਉਹ ਜਤਿੰਦਰ ਸਿੰਘ ਛਿਨੇ ਨੂੰ ਉਹਦੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇੱਥੋਂ ਕੰਨ ਲਵੇਟ ਕੇ ਚਲੇ ਜਾਣ ਬੰਦੇ ਦੇ ਪੁੱਤਾਂ ਵਾਂਗ ਇਸ ਪਿੰਡ ਦਾ ਮਾਹੌਲ ਖਰਾਬ ਨਾ ਕਰਨ ਪਿੰਡ ਦੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਕਰ ਰਿਹਾ ਉਹ ਆਪਣੀ ਕਰੇ ਪਰ ਪਿੰਡ ਦੇ ਲੋਕ ਇੱਥੇ ਇਸ ਚੀਜ਼ ਲਈ ਫਿਕਰਮੰਦ ਸਨ ਕਿ ਸਾਡੇ ਘਰ ਦੇ ਜੀ ਵਾਪਸ ਆ ਜਾਣ ਸਾਡੇ ਰਿਸ਼ਤੇਦਾਰ ਸਾਨੂੰ ਮਿਲ ਸਕਣ ਸਾਡੇ ਜਾਨਵਰਾਂ ਦੀਆਂ ਕੋਈ ਧਾਰਾਂ ਕੱਢ ਲੈ ਆਣ ਕੇ ਸਾਡੇ ਡੰਗਰਾਂ ਨੂੰ ਪੱਠੇ ਪੈ ਜਾਣ ਸਾਡੀਆਂ ਫਸਲਾਂ ਨੂੰ ਪਾਣੀ ਲੱਗ ਜੇ ਇਸ ਕੰਮ ਵਾਸਤੇ ਦੋ ਯੂਨੀਅਨ ਆਈਆਂ ਨੇ ਇਹ ਜਤਿੰਦਰ ਸਿੰਘ ਛਿਨਾ ਐਂਡ ਪਾਰਟੀ ਮੁਖਬਰੀ ਕਰਨ ਤੋਂ ਬਾਅਦ ਆਵੇ ਇਹਨਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ ਕਿ ਜਿਹੜੇ ਮੁੰਡਿਆਂ ਨੇ ਕੰਮ ਕੀਤਾ ਪੇਸ਼ ਕੀਤੇ ਜਾਣਗੇ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਤੁਸੀਂ ਆਪਣੀਆਂ ਜੋ ਇਤਿਹਾਸ 'ਚ ਜੋ ਤੁਸੀਂ ਕਰਦੇ ਰਹੇ ਹੋ ਜਿੰਨੇ ਤੁਸੀਂ ਮੁੰਡਿਆਂ ਦੀਆਂ ਮੁਖਬਰੀਆਂ ਕੀਤੀਆਂ ਬਾਜ ਆ ਜਾਓ ਇੱਥੇ ਜਿਹੜਾ ਪ੍ਰਸ਼ਾਸਨ ਆਪਣੇ ਆਪ ਕਾਰਵਾਈ ਕਰ ਰਿਹਾ ਨੂੰ ਕਰਨ ਦਿਓ ਜਿਹੜੀਆਂ ਯੂਨੀਅਨਾਂ ਕਿਸਾਨਾਂ ਦੇ ਇੱਥੇ ਕਿਸਾਨਾਂ ਦੇ ਹੱਕ 'ਚ ਆਈਆਂ ਨੇ ਉਹਨਾਂ ਨੂੰ ਆਪਣੀ ਕਾਰਵਾਈ ਕਰਨ ਦਿਓ ਕਿਸਾਨਾਂ 'ਚ ਦਫੇੜ ਪਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਤੁਹਾਡੀ ਇੱਕ ਵੀ ਨਹੀਂ ਚੱਲਣ ਦਿੱਤੀ ਜਾਊਗੀ ਜੇ ਪਿੰਡ ਦਾ ਮਾਹੌਲ ਸ਼ਾਂਤਮਈ ਰੱਖਣਾ ਅਸੀਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਨਾ ਜੇ ਹੱਥ ਜੋੜ ਕੇ ਬੇਨਤੀ ਕਰਦੇ ਕਿਸਾਨਾਂ ਵੱਲੋਂ ਕਿ ਜਤਿੰਦਰ ਸਿੰਘ ਛਿਨੇ ਨੇ ਇੱਥੋਂ ਭੇਜਿਆ ਜਾਵੇ ਜੇ ਮੇਰੀ ਗੱਲ ਨਾਲ ਸਾਰੇ ਸਹਿਮਤ ਆ ਤੇ ਜਕਾਰੇ ਦੇ ਨਾਲ ਜਵਾਬ ਦਿਓ।